नमस्ते सत श्री अकाल, मैं थोड़ा अपना अमरजीत सिंह मोनू। जिवें कि तुहानू पता, कई दिनों तो जिहड़ा किसानां वल्लों जिहड़ा रेल रोको अंदोलन चल रहा, उस तो बाद जिहड़ा पंजाब दे विच जिहड़ा जगह जगह पर जिन्ने भी टोल प्लाजे आ उन्हां दे उत्ते भी टोल फ्री जिहड़ियां गड्डियां लंघाईआं जा रहीआं। अज किसानां वल्लों एक अहम फैसला जिहड़ा मीटिंग तो बाद लिया गया, किसानां वल्लों आ जिहड़ा रेल रोको अंदोलन चल रहा सी। अज रेल पटड़ियां दे उत्तों किसानां ने जिहड़ियां माल गड्डियां नूं रास्ता दे दित्ता। इस वेले असीं खड़े आ फलोर दे रेलवे स्टेशन दे उत्ते, मैं थानू दिखा दिना इस वेले जिहड़ा असीं मौके दे उत्ते आके देख रहे आ, किसान भी बैठे हुए ने, पर इहनां वल्लों जिहड़ा किसानां वल्लों इस वेले रेल गड्डियां नूं राह दे दित्ता गया। थानू दिखा दिंदे आ इस वेले जिहड़ियां रेल गड्डियां फलोर दे रेलवे स्टेशन तों गुजर रहीआं। पहलां वी इत्थों कई रेल गड्डियां लंघ के जिहड़ियां गईआं, ते हुण वी जिहड़ियां दो रेल गड्डियां आ रहीआं, एक लुधियाणे वाली साइड तों आ रही है, एक जलंधर वाली साइड तों, जिहड़ा किसानां वल्लों फरोल दे रेलवे स्टेशन दे उत्ते आ जिहड़ा माल गड्डियां नूं जिहड़ा रास्ता उह दे दित्ता गया। मैं अपने कैमरामैन नूं कहूँगा भी आंदी जिहड़ी रेल गड्डी आ उह जरूर दिखाई जावे फलोर ते रेलवे स्टेशन तों जिहड़ा रास्ता दे दित्ता। मौजूद है किसान यूनियन जिला प्रधान कादियां दे, उन्हां नूं असीं पुछदे आ वी की मसला जिहड़ा अज जिहड़ा रेलां जिहड़ियां खोल दित्तियां गईआं, की केंद्र सरकार ने जिहड़ियां तुहाडियां मंगां उह स्वीकार कर लईआं, जिहड़ा अज रेलां खोल दित्तियां गईआं। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਸਰ, ਅੱਜ ਤੁਸੀਂ ਜਿਹੜਾ ਅਸੀਂ ਦੇਖ ਰਹੇ ਹਾਂ ਸਵੇਰ ਤੋਂ, ਜਿਹੜਾ ਅੱਜ ਦੁਪਹਿਰ ਤੋਂ ਬਾਅਦ ਮੈਂ ਨਿਗਾਹ ਮਾਰੀ ਆ ਵੀ ਟ੍ਰੇਨਾਂ ਜਿਹੜੀਆਂ ਮਾਲ ਗੱਡੀਆਂ ਇੱਥੋਂ ਲੰਘ ਰਹੀਆਂ, ਕੀ ਕਾਰਨ ਹੈ ਜਿਹੜਾ ਮਾਲ ਗੱਡੀਆਂ ਲੰਘਣ ਦੇ ਲੰਘਾਈਆਂ ਜਾ ਰਹੀਆਂ? ਜਿਹੜਾ ਲੋਕ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਸੀ, ਉਹਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਸੀ, ਕੀ ਉਹਦੇ ਤਹਿਤ ਤੁਹਾਡੀਆਂ ਜਿਹੜੀਆਂ ਸ਼ਰਤਾਂ ਸਰਕਾਰ ਨੇ ਮੰਨ ਲਈਆਂ? ਮੈਂ ਅਮਰੀਕ ਸਿੰਘ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜਲੰਧਰ। ਇਹ ਜਿਹੜੀਆਂ ਟ੍ਰੇਨਾਂ ਇਸ ਕਰਕੇ ਖੋਲ੍ਹੀਆਂ ਗਈਆਂ, ਸਿਰਫ ਜਿਹੜੀਆਂ ਮਾਲ ਗੱਡੀਆਂ ਉਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਆ, ਪੈਸੰਜਰ ਗੱਡੀ ਨਹੀਂ ਚੱਲੂਗੀ। ਉਹ ਇਸ ਕਰਕੇ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਗਈ ਆ ਕਿਉਂਕਿ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਔਰ ਮੋਹਰੇ ਜੰਮੂ ਆ ਮਾਲ ਆਉਂਦਾ ਜਾਂਦਾ, ਮਹਿੰਗਾਈ ਹੋਣ ਦਾ ਡਰ ਸੀ, ਔਰ ਲੋਕਾਂ ਦੀ ਨਜਾਕਤ ਨੂੰ ਸਮਝਦੇ ਹੋਏ ਵੀ ਕਿਤੇ ਇੱਥੇ ਭੁੱਖ, ਅੱਗੇ ਪਹਿਲਾਂ ਲੋਕਡਾਊਨ ਵਿੱਚ ਬਹੁਤ ਭੁੱਖਮਰੀ ਪਈ ਆ, ਵੀ ਹੁਣ ਜ਼ਿਆਦਾ ਕਿਤੇ ਮਹਿੰਗਾਈ ਨਾ ਭੁੱਖਮਰੀ ਨਾ ਪੈ ਜਾਵੇ, ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਇਹ ਜਿਹੜੀਆਂ ਮਾਲ ਗੱਡੀਆਂ ਇਹਨਾਂ ਨੂੰ 5 ਤਰੀਕ ਤੱਕ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ ਪੈਸੰਜਰ ਗੱਡੀ ਨੂੰ ਚੱਲਣ ਨਹੀਂ ਦਿੱਤਾ ਜਾਊਗਾ। ਉਹ ਤੋਂ ਬਾਅਦ ਜਿਹੜੇ ਸਾਡੇ ਇਹ ਸੰਘਰਸ਼ ਆ ਇਹ ਇੱਦਾਂ ਜਾਰੀ ਰਹੂਗੇ ਜਿੰਨਾ ਚਿਰ ਜਿਹੜਾ ਮੋਦੀ ਆ ਉਹ ਜਿਹੜੇ ਸਾਡੇ 3 ਆਰਡੀਨੈਂਸ ਆ ਕਿਸਾਨ ਵਿਰੋਧੀ ਉਹਨਾਂ ਨੂੰ ਵਾਪਸ ਨਹੀਂ ਲੈ ਲੈਂਦੇ। ਅੱਛਾ ਸਰ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਮਾਲ ਗੱਡੀਆਂ ਨੂੰ ਜਿਹੜਾ ਲੰਘਣ ਦੀ ਇੱਥੋਂ ਇਜਾਜ਼ਤ ਦੇ ਦਿੱਤੀ ਗਈ ਆ ਕਿਸਾਨ ਜਥੇਬੰਦੀਆਂ ਵੱਲੋਂ, ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਜਿੱਦਾਂ ਹੁਣ ਟੋਲ ਪਲਾਜ਼ਾ ਜਿਹੜੇ ਉਹਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਨੇ ਜਿਹੜਾ ਆਪਣਾ ਕਬਜ਼ਾ ਕੀਤਾ ਹੋਇਆ, ਲੋਕਾਂ ਨੂੰ ਫ੍ਰੀ ਜਿਹੜਾ ਲਗਾਇਆ ਜਾ ਰਿਹਾ, ਉਹਦੇ ਬਾਰੇ ਉੱਥੋਂ ਵੀ ਜਿਹੜਾ ਕੋਈ ਸੰਘਰਸ਼ ਜਿਹੜਾ ਤੁਹਾਡਾ ਚੱਲ ਰਿਹਾ ਉੱਥੋਂ ਵੀ ਆਪਣਾ ਧਰਨਾ ਚੱਕਿਆ ਗਿਆ ਜਾਂ ਨਹੀਂ? ਨਹੀਂ, ਬਾਕੀ ਸਾਡੇ ਜਿਹੜੇ ਪ੍ਰਦਰਸ਼ਨ ਆ ਧਰਨੇ ਰੇਲਵੇ ਸਟੇਸ਼ਨਾਂ ਦੇ ਉੱਤੇ ਰਹਿਣਗੇ, ਔਰ ਜਿਹੜੇ ਟੂਲ ਪਲਾਜ਼ੇ ਆ ਉਹਨਾਂ 'ਤੇ ਵੀ ਸਾਡੇ ਟੂਲ ਪਲਾਜ਼ੇ ਬੰਦ ਰਹਿਣਗੇ, ਔਰ ਜਿਹੜੇ ਇਹਨਾਂ ਦੇ ਮੌਲ ਆ ਇਹਨਾਂ ਦੇ ਰਿਲਾਇੰਸ ਵਾਲਿਆਂ ਦੇ ਜਾਂ ਜੀਓ ਪੰਪ ਆ ਸਾਰੇ ਬੰਦ ਰਹਿਣਗੇ, ਔਰ ਜਿਹੜਾ ਅਡਾਨੀ ਬਾਨੀ ਆ ਇਹਦੇ ਜਿਹੜੇ ਗਡਾਊਨ ਆ ਉਹਦੇ ਅੰਦਰ ਰੇਲ ਨਾ ਜਾਣ ਦਿੱਤੀ ਜਾਊਗੀ ਨਾ ਉੱਥੋਂ ਨਿਕਲ ਦਿੱਤੀ ਜਾਊਗੀ। ਬਾਕੀ ਸਾਰਾ ਉਸੇ ਤਰ੍ਹਾਂ ਚੱਲੂਗਾ, ਸਾਡੇ ਧਰਨੇ ਰੇਲਵਾਂ 'ਤੇ ਵੀ ਰੇਲਵੇ ਸਟੇਸ਼ਨਾਂ ਦੇ ਉੱਤੇ ਚੱਲੂਗੇ, ਲੇਕਿਨ ਸਿਰਫ ਤਾਂ ਸਿਰਫ ਇੱਕ ਜਿਹੜੀ ਮਾਲ ਗੱਡੀ ਆ ਉਹਨੂੰ 5 ਤਰੀਕ ਤੱਕ ਚੱਲਣ ਦੀ ਇਜਾਜ਼ਤ ਦਿੱਤੀ ਗਈ ਆ, ਪੈਸੰਜਰ ਗੱਡੀ ਨਹੀਂ ਚੱਲ ਸਕਦੀ। ਬਾਕੀ ਆਪਣੇ ਜਿਹੜੇ ਟੂਲ ਪਲਾਜ਼ੇ ਵੀ ਇੱਦਾਂ ਬੰਦ ਰਹਿਣਗੇ ਔਰ ਰੇਲਵੇ ਸਟੇਸ਼ਨ 'ਤੇ ਵੀ ਇੱਦਾਂ ਧਰਨੇ ਲੱਗੇ ਹੋਏ। ਇੱਕ ਚੀਜ਼ ਹੋਰ ਜਾਣਨੀ ਚਾਹੁੰਦੇ ਹਾਂ ਖਾਲਸਾ ਜੀ, ਜਿੱਦਾਂ ਤੁਹਾਨੂੰ ਪਤਾ ਵੀ ਪਰਸੋਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਇੱਕ ਬਿੱਲ ਪਾਸ ਕੀਤਾ ਪੰਜਾਬ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ, ਉਹ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਸਹੀ ਹੈ? ਦੇਖੋ ਜੀ, ਵੀ ਜਿੱਦਾਂ ਇੱਕ ਪੰਚਾਇਤ ਕੋਈ ਫੈਸਲਾ ਕਰ ਦੇਵੇ ਉਹ ਸੁਪਰੀਮ ਕੋਰਟ ਵੀ ਉਹਨੂੰ ਰੱਦ ਨਹੀਂ ਕਰ ਸਕਦੀ। ਇਹ ਇੱਕ ਕਾਨੂੰਨ ਵੀ ਹੈਗਾ ਵੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਇਹਦੇ ਵਿੱਚ ਅਗਰ ਘਾਟਾ ਜਾਂ ਵਾਧੇ ਦਾ ਕੋਈ ਗੱਲਬਾਤ ਹੁੰਦੀ ਆ ਉਹ ਸਟੇਟ ਸਰਕਾਰਾਂ ਕੋਲ ਅਧਿਕਾਰ ਆ, ਉਹ ਇਹਨਾਂ ਨੂੰ ਕਰ ਸਕਦੀਆਂ। ਪਰ ਬਾਕੀ ਅਸੀਂ ਤਾਂ ਜਿੰਨਾ ਚਿਰ
ਜਿਹੜੀ ਮੋਦੀ ਤੋਂ ਹੁਣ ਆਰਡੀਨੈਂਸ ਕਿਸਾਨ ਵਿਰੋਧੀ ਜਾਰੀ ਕੀਤੇ ਆ ਉਹ ਜਿੰਨਾ ਚਿਰ ਉਹ ਵਾਪਸ ਨਹੀਂ ਲੈਂਦਾ ਉਨਾ ਚਿਰ ਜਿਹੜਾ ਸਾਡਾ ਜਿਹੜਾ ਅੰਦੋਲਨ ਉਹ ਚੱਲਦਾ ਹੀ ਰਹੂ। ਜਿਸ ਤਰ੍ਹਾਂ ਹੁਣ ਤੁਸੀਂ ਅੱਜ ਮਾਲ ਗੱਡੀਆਂ ਨੂੰ ਰਸਤਾ ਦੇ ਦਿੱਤਾ, 5 ਤਰੀਕ ਤੱਕ ਤੁਸੀਂ ਦੱਸਿਆ ਵੀ ਇਹਨਾਂ ਨੂੰ ਰਾਹ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਇਹਨਾਂ ਨੂੰ ਸਰਕਾਰ ਨਹੀਂ ਮੰਨਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਦਰਸ਼ਨ ਕਰਨਗੇ? ਇਹ ਦੇਖੋ ਜੀ, ਜਿਹੜਾ ਸਾਡਾ ਪ੍ਰਦਰਸ਼ਨ ਹੈ ਰੋਜ਼ ਦੀ ਰੋਜ਼ ਵਾਧਾ ਤੁਰਿਆ ਜਾ ਰਿਹਾ। ਅੱਜ ਦੇਖ ਲਓ ਜਿਹੜੇ ਭਾਜਪਾਈ ਆ ਉਹਨਾਂ ਨੂੰ ਅਸੀਂ ਅੰਦਰੋਂ ਬਾਹਰ ਨਿਕਲਣ ਦਿੰਦੇ, 2 ਵਾਰੀ ਇਹਨਾਂ ਨੂੰ ਉੱਥੇ ਜਲੰਧਰ ਇਹਨਾਂ ਨੂੰ ਰੈਸੋਰਸਾਂ 'ਚ ਜਾਂ ਸਰਕਾਰ ਦੇ ਬਾਣ ਨਹੀਂ ਦਿੱਤਾ। ਅੱਜ ਜਿਹੜਾ ਉਹ ਸਾਂਪਲਾ ਸੀਗਾ ਔਰ ਸੋਮ ਪ੍ਰਕਾਸ਼ ਇਹਨੇ ਜਲੰਧਰ ਤੋਂ ਚੰਡੀਗੜ੍ਹ ਕੋਈ ਰੋਸ ਕੋਈ ਮਾਰਚ ਕੱਢਣਾ ਸੀਗਾ ਉਹ ਅਸੀਂ ਇਹਨਾਂ ਨੂੰ ਉੱਥੋਂ ਨਿਕਲਣ ਦਿੱਤਾ। ਅਸੀਂ ਸਾਰੇ ਪਾਸੇ ਨਾਕੇ ਲਾਏ ਸੀਗੇ ਕਿ ਇਹਨਾਂ ਨੂੰ ਕਿਸੇ ਪਾਸੇ ਜਾਣ ਦੇਣਾ ਔਰ ਇਹਨਾਂ ਨੂੰ ਕਿਸੇ ਪਾਸੇ ਹਿੱਲਣ ਦਿੱਤਾ, ਔਰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਇਹ ਜਿਹੜੇ ਸੰਘਰਸ਼ ਆ ਇਦੋਂ ਤੇਜ਼ ਹੋਊਗੇ, ਇਦੋਂ ਢਿੱਲੇ ਨਾ ਹੋਊਗੇ। ਸਿਰਫ ਮਾਲ ਗੱਡੀਆਂ ਨੂੰ ਇਜਾਜ਼ਤਾਂ ਸੀ ਲੋਕਾਂ ਦੀ ਨਜਾਇਜ਼ ਨੂੰ ਸਮਝਦੇ ਹੋਏ ਮਹਿੰਗਾਈ ਨੂੰ ਠੱਲ ਪਾਉਣ ਲਈ ਇਸ ਕਰਕੇ ਇਜਾਜ਼ਤ ਦਿੱਤੀ ਹੈ ਉਹ ਵੀ 5 ਤਰੀਕ ਤੱਕ। ਇਹ ਸਰ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਦੇ ਜਲੰਧਰ ਦੇ ਜਿਹੜੇ ਕਾਦੀਆਂ ਦੇ ਪ੍ਰਧਾਨ ਆ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਇਹਨਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਾ ਝੱਲਣੀ ਪਵੇ, ਇਸ ਕਰਕੇ ਜਿਹੜਾ ਮਾਲ ਗੱਡੀਆਂ ਨੂੰ ਜਿਹੜਾ ਰਾਸਤਾ ਦੇ ਦਿੱਤਾ ਗਿਆ ਟੋਲ ਪਲਾਜ਼ਾ ਅਤੇ ਜਿਹੜੇ ਧਰਨੇ ਪ੍ਰਦਰਸ਼ਨ ਜਾਂ ਚੌਂਕਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਆ ਉਸੇ ਤਰ੍ਹਾਂ ਜਾਰੀ ਨੇ ਅਤੇ ਉਸੇ ਤਰ੍ਹਾਂ ਜਾਰੀ ਰਹਿਣਗੇ। ਇਹਨਾਂ ਨੇ ਦੱਸਿਆ ਵੀ 4-5 ਤਰੀਕ ਤੱਕ ਜੋ ਉੱਪਰੋਂ ਹਾਈਕਮਾਂਡ ਦਾ ਫੈਸਲਾ ਆਵੇਗਾ ਉਸ ਤੋਂ ਬਾਅਦ ਜਿੱਦਾਂ ਦਾ ਵੀ ਪ੍ਰਦਰਸ਼ਨ ਹੋਵੇਗਾ, ਅਗਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਤਾਂ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ। ਮੈਂ ਫਲੋਰ ਤੋਂ ਅਮਰਜੀਤ ਸਿੰਘ ਮੋਨੂ।